ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਉਸ ਪਵਿੱਤਰ ਧਰਤੀ ਦੇ ਉੱਤੇ ਖੜੇ ਹਾਂ ਜਿੱਥੇ ਅੱਜ ਦੇ ਦਿਨ ਮੇਰੀ ਪੀਰ ਦੇ ਮਾਲਕ ਛੇਵੇਂ ਪਾਤਸ਼ਾਹ ਗਵਾਲੀਅਰ ਦੇ ਕਿਲ੍ਹੇ ਦੇ ਵਿੱਚੋਂ ਬੰਦੀ ਛੋੜ ਰਾਜਿਆਂ ਨੂੰ ਉਹਨਾਂ ਦੀ ਬੰਦ ਖਲਾਸੀ ਕਰਕੇ ਅੱਜ ਦੇ ਦਿਨ ਇਸ ਪਵਿੱਤਰ ਧਰਤੀ ਅੰਮ੍ਰਿਤਸਰ 'ਤੇ ਆਏ ਸਨ ਅਤੇ ਇੱਥੇ ਦੇ ਵਸਨੀਕ ਭਾਵ ਸਾਰੀ ਸਿੱਖ ਕੌਮ ਨੇ ਉਹਨਾਂ ਦੇ ਆਗਮਨ ਦੇ ਉੱਤੇ ਖੁਸ਼ੀ ਦੇ ਵਿੱਚ ਖੁਸ਼ੀ ਨੂੰ ਇਜ਼ਹਾਰ ਕਰਦਿਆਂ ਇੱਥੇ ਦੀਵੇ ਜਗਾ ਕੇ ਅੱਤਵਾਜ਼ੀ ਚਲਾ ਕੇ ਆਪਣਾ ਦਿਲ ਦੀਆਂ ਖੁਸ਼ੀਆਂ ਜ਼ਾਹਰ ਕੀਤੀਆਂ ਸਨ ਅਤੇ ਅੱਜ ਵੀ ਉਸੇ ਤਰ੍ਹਾਂ ਉਹ ਨਕਸ਼ਾ ਉਹ ਇਸੇ ਸ਼ਹਿਰ ਦੇ ਵਿੱਚ ਇਸੇ ਦਰਬਾਰ ਦੇ ਵਿੱਚ ਕਿੱਦਾਂ ਸੰਗਤਾਂ ਦੂਰੋਂ ਦੇਸ਼ਾਂ ਪ੍ਰਦੇਸਾਂ ਤੋਂ ਆ ਕੇ ਸਿਰਫ ਸਾਡੇ ਇੱਥੇ ਗੁਰੂ ਰਾਮਦਾਸ ਦੇ ਪਵਿੱਤਰ ਸਥਾਨ ਦੇ ਉੱਤੇ ਨਤਮਸਤਕ ਹੋਣ ਵਾਸਤੇ ਆਉਂਦੀਆਂ ਨੇ ਅਤੇ ਹੁਣ ਆਪਣੇ ਕੋਲ ਇਹ ਸਾਰਾ ਨਜ਼ਾਰਾ ਜਿਹੜੇ ਆਪ ਕਰਦੇ ਕਰਾਉਂਦੇ ਨੇ ਦੱਸਦੇ ਨੇ ਭਾਈ ਤਰਸੇਮ ਸਿੰਘ ਜੀ ਮੋਰਾਂ ਵਾਲੀ ਜਿਹੜੇ ਕਿ ਜ਼ਿਆਦਾ ਜਾਣ ਪਛਾਣ ਦੇ ਮੁਤਾਜ ਨਹੀਂ ਤੁਸੀਂ ਸਿੱਖ ਚੈਨਲ ਦੇ ਜ਼ਰੀਏ ਥਾਂ ਥਾਂ ਇਹਨੂੰ ਸੁਣਦੇ ਹੋ। ਜੇ ਮੈਂ ਕਹਿ ਲਵਾਂ ਕਿ ਸਿਰਮੋਰ ਢਾਡੀ ਇਸ ਵੇਲੇ ਦੇ ਅਤੇ ਇਹ ਅਤਕਥਨੀ ਹੋਵੇਗੀ, ਬੜਾ ਮਾਣ ਹੈ ਸਾਨੂੰ ਕਿਉਂਕਿ ਇਹਨਾਂ ਦੇ ਚਾਚਾ ਜੀ ਭਾਈ ਗਿਆਨ ਸਿੰਘ ਜੀ ਸੁਰਜੀਤ ਜਿਨ੍ਹਾਂ ਨੇ ਉਸ ਸਮੇਂ ਦੇ ਵਿੱਚ ਉਹਨਾਂ ਨੂੰ ਨੌਜਵਾਨਾਂ ਨੂੰ ਖੜ੍ਹੇ ਕਰ ਦਿੱਤਾ ਡਿੱਗਿਆਂ ਨੂੰ, ਕਾਹਦੇ ਨਾਲ, ਆਪਣੇ ਗਾਇਕੀ ਨਾਲ, ਗਾ ਗਾ ਕੇ। ਮੇਰਾ ਭਾਵ 84 ਦੇ ਵਿੱਚ ਬੜਾ ਕੁਝ ਉਹਨਾਂ ਨੇ ਗਾਇਆ ਅਤੇ ਇਹ ਉਹਨਾਂ ਦੇ ਹੋਣਹਾਰ ਫਰਜਿੰਦ ਅੱਜ ਇੱਥੇ ਨੇ। ਇਹਨਾਂ ਕੋਲ ਆਪਾਂ ਪੁੱਛਦੇ ਹਾਂ ਭਾਈ ਸਾਹਿਬ ਜੀ, ਪਹਿਲਾਂ ਤਾਂ ਸਾਰੇ ਜਿੱਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਿੰਘ ਸਾਹਿਬ ਜੀ ਪੇ ਇੱਕ ਤਾਂ ਲੱਖ ਲੱਖ ਦਵਾਈ ਹੋਏ ਬੰਦੀ ਛੋੜ ਦਿਵਸ ਦੀ, ਦੂਸਰਾ ਜਿਹੜਾ ਅੱਜ ਦਾ ਖਾਸ ਪ੍ਰੋਗਰਾਮ ਹੁੰਦਾ ਹੈ ਕਿਉਂਕਿ ਆਪਾਂ ਨੂੰ ਪਤਾ ਬੰਦੀ ਛੋੜ ਹੈ ਜਿਹੜਾ ਇੱਥੇ ਮਨਾਇਆ ਜਾਂਦਾ ਜਾਂ ਕੀ ਹੁੰਦਾ ਕਿੱਦਾਂ ਸੰਗਤਾਂ ਨੂੰ ਥੋੜ੍ਹਾ ਉਹ ਦੱਸੋ ਕਿ ਅਕਾਲ ਤਖ਼ਤ ਦੇ ਉੱਤੇ ਜਿੱਦਾਂ ਸਵਈਏ ਪੜ੍ਹਦੇ ਸੰਦੇਸ਼ ਪੜ੍ਹਦਾ ਥੋੜ੍ਹਾ ਤੁਹਾਨੂੰ ਦੱਸੋ। ਗੁਰੂ ਰੂਪ ਗੁਰੂ ਪਿਆਰੇ ਖਾਲਸਾ ਜੀ, ਸਮੁੱਚੇ ਸੰਸਾਰ ਦੇ ਅੰਦਰ ਖਾਸ ਕਰ ਇੰਗਲੈਂਡ ਪੂਰੇ ਯੂਰਪ ਦੇ ਅੰਦਰ ਸਿੱਖ ਚੈਨਲ ਦੇ ਜ਼ਰੀਏ ਆਪ ਜੀ ਜੁੜ ਚੁੱਕੇ ਹੋ। ਸਰਦਾਰ ਜੀ ਸਰਦਾਰ ਸਾਧੂ ਸਿੰਘ ਜੀ ਬਹੁਤ ਵਿਦਵਾਨ ਪੁਰਸ਼ ਨੇ ਔਰ ਸਾਨੂੰ ਮਾਣ ਹੈ ਸਾਡੇ ਬਜ਼ੁਰਗਾਂ ਦੇ ਨਾਲ ਬਹੁਤ ਬਹੁਤ ਕਈ ਦਹਾਕਿਆਂ ਤੋਂ ਸਾਂਝ ਚੱਲੀ ਆ ਰਹੀ ਹੈ। ਅੱਜ NRI ਸਰਾਂ ਜੋ ਸਰਦਾਰ ਹਰਭਜਨ ਸਿੰਘ ਜੀ ਹੋਰਾਂ ਨੇ ਬਣਾਈ, ਸੰਗਤ ਜੀ ਉਹਦੇ ਉੱਪਰ ਖਲੋ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸੁੰਦਰ ਤਖਤਾਂ ਦੇ ਦਰਸ਼ਨ, ਮੀਰੀ ਪੀਰੀ ਦੇ ਨਿਸ਼ਾਨ ਸਾਹਿਬ ਜੀ ਦੇ ਦਰਸ਼ਨ, ਹਰਿਮੰਦਰ ਸਾਹਿਬ ਜੀ ਦੇ ਦਰਸ਼ਨ, ਜੋ ਨਵੀਂ ਜਗ੍ਹਾ ਸ਼ਹੀਦਾਂ ਦੀ ਉਹਦੇ ਦਰਸ਼ਨ, ਬਾਬਾ ਦੀਪ ਸਿੰਘ ਸਾਹਿਬ ਜੀ ਦੇ ਬੁੰਗੇ ਦੇ ਦਰਸ਼ਨ, ਨਿਹੰਗ ਸਿੰਘ ਬਾਬਾ ਗੁਰਬਖਸ਼ ਸਿੰਘ ਸਾਹਿਬ ਜੀ ਨਿਹੰਗ ਸਿੰਘ ਜੀ, ਮੈਂ ਬੇਨਤੀ ਕਰਾਂ ਜਿਵੇਂ ਆਪ ਜੀ ਨੇ ਆਪ ਬਚਨ ਕਹੇ ਇਹ ਦੀਪਾਵਲੀ ਬੰਦੀ ਛੋੜ ਦਿਵਸ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਆਏ ਬ੍ਰਹਮ ਗਿਆਨੀ ਗੁਰਦੇਵ ਬਾਬਾ ਬੁੱਢਾ ਸਾਹਿਬ, ਉਹਨਾਂ ਨੇ ਕਿਹਾ ਸੰਗਤ ਜੀ ਪੱਲੂ ਫੇਰ ਕੇ, ਸੰਗਤ ਜੀ ਦੀਨ ਦੁਨੀ ਦੇ ਬਾਲੀ ਸ਼ਹਿਨਸ਼ਾਹ ਕੁੱਲ ਆਲਮ ਧੰਨ ਗੁਰੂ ਹਰਗੋਬਿੰਦ ਸਾਹਿਬ ਆ ਰਹੇ ਆ, ਦੇਸੀ ਘਿਓ ਦੇ ਦੀਪੇ ਬਾਲਣੇ, ਦੀਪ ਮਾਲਾ ਕੀਤੀ ਗਈ। ਔਰ ਫਿਰ ਜਦੋਂ ਖਾਲਸਾ ਜੰਗਲਾਂ ਵਿੱਚ ਚਲਿਆ ਗਿਆ, ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ ਜੀ ਇੱਥੇ ਮੁੱਖ ਗ੍ਰੰਥੀ ਹੈੱਡ ਗ੍ਰੰਥੀ, ਉਸ ਵੇਲੇ ਕੁਝ ਸਮਾਂ ਇਹ ਖੜੋਤ ਆਈ। ਜਿਹੜੇ ਲੋਕ ਕਹਿੰਦੇ ਨਾ ਵੀ ਸਾਡਾ ਕੀ ਸੰਬੰਧ ਜੀ ਇਸ ਦਿਹਾੜੇ ਦੇ ਨਾਲ, ਅੱਜ ਵੀ ਗੱਲਾਂ ਕਰਨ ਵਾਲੇ ਪੈਦਾ ਹੋ ਗਏ ਵੀਰੋ, ਇਹ ਦਿਹਾੜਾ ਮਨਾਉਣ ਕਰਕੇ ਹੀ ਭਾਈ ਸਾਹਿਬ ਜੀ ਨੇ ਪੰਥ ਨੂੰ ਇਕੱਤਰਿਤ ਕਰਨ ਕਾਰਨ ਉਹ ਇੱਥੇ ਪੰਥ ਇਕੱਤਰਿਤ ਹੁੰਦਾ। ਅੱਜ ਵੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਸਿੰਘ ਸਾਹਿਬ ਬਾਬਾ ਬਲਵੀਰ ਸਿੰਘ ਜੀ ਦੋਨਾਂ ਦੀ ਅਗਵਾਈ ਵਿੱਚ ਮਹੱਲਾ ਚੜ੍ਹਨਗੇ ਗੁਰਮੁਖ ਪਿਆਰੇ ਪ੍ਰੇਮ ਨਾਲ, ਕਿੱਥੋਂ ਅਕਾਲੀ ਬਾਬਾ ਫੂਲਾ ਸਿੰਘ ਸਾਹਿਬ ਜੀ ਦੇ ਬੁਰਜ ਤੋਂ, ਅਕਾਲੀ ਬਾਬਾ ਫੂਲਾ ਸਿੰਘ ਜੀ ਦਾ ਬੁਰਜ ਜਿੱਥੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਅੱਜ ਵੀ ਤਿਆਰ ਸਜਿਆ ਹੋਇਆ ਘੋੜੇ, ਕੱਲ ਨੂੰ ਮਹੱਲਾ ਨਿਕਲਣਾ ਔਰ ਅੱਜ ਉਹਨਾਂ ਆਉਣਾ ਇਧਰਲੇ ਪਾਸਿਓਂ ਟੂਟੀਆਂ ਵਾਲਾ ਅਸਥਾਨ ਬਾਬਾ ਸਵਾਇਆ ਸਿੰਘ ਦੀ ਛਬੀਲ ਹੈ ਅੰਦਰ, ਉਹ ਅਸਥਾਨ ਉਹ ਪੜਾ ਹੁਣ ਵਿਧੀ ਚੰਦੀਏ ਮਹਾਂਪੁਰਖਾਂ ਕੋਲ ਆ ਬਾਬਾ ਜੀ। ਹੁਣ ਜੋ ਮੌਜੂਦਾ ਜਾਨਸ਼ੀਨ ਬਾਬਾ ਅਵਤਾਰ ਸਿੰਘ ਜੀ ਬਾਰਵੇਂ ਜਾਨਸ਼ੀਨ ਉਹ ਉਧਰੋਂ ਤੁਰਨਗੇ, ਇੱਧਰ ਬਾਬਾ ਦੀਪ ਸਿੰਘ ਸਾਹਿਬ ਜੀ ਚੱਬੇ ਜਿੱਥੇ ਬਾਬੇ ਨੌ ਸਿੰਘ ਜੀ ਦਾ ਦੇਵਰਾ ਹੈ, ਜਿੱਥੇ ਹਰ ਗੱਡੀ ਰੋਕੇ ਜਾਂਦੀ ਤੇ ਬਾਬਾ ਦੀਪ ਸਿੰਘ ਸਾਹਿਬ ਜੀ ਜੰਗ ਲੜਦੇ ਆਏ, ਸੀਸ ਤਲੀ ਤੇ ਧਰ ਕੇ ਮੁੜੇ ਤਾਲਾ ਸਾਹਿਬ ਆਉਂਦਾ, ਉੱਥੋਂ ਬਾਬਾ ਜੀ ਸਰਕਾਰ ਜੋ ਮਿਸਲ ਸ਼ਹੀਦਾਂ ਤਰਨਾ ਦਲ ਖਾਲਸਾ ਜੀ। ਇੱਕ ਹੋਰ ਬਚਨ ਕਰਦਾ ਜਾਵਾਂ, ਨਵਾਬ ਕਪੂਰ ਸਿੰਘ ਸਾਹਿਬ ਬੁੱਢਾ ਦਲ ਕਿਵੇਂ ਬਣਿਆ ਅੱਜ, ਕਿਉਂਕਿ ਇਸ ਦਿਨ ਦੇ ਨਾਲ ਸੰਬੰਧਿਤ ਹੈ। ਬਾਬਾ ਬੁੱਢਾ ਜੀ 30,000 ਸਿੱਖਾਂ ਨੂੰ ਲੈ ਕੇ ਗਵਾਲੀਅਰ ਪਹੁੰਚੇ ਸੀ ਤੇ ਗੁਰੂ ਹਰਗੋਬਿੰਦ ਸਾਹਿਬ ਜਦੋਂ ਰਾਜਿਆਂ ਨੂੰ ਲੈ ਕੇ ਨਾ ਨਿਕਲਣ ਲੱਗੇ, ਉਹ ਕੋਮਲ ਸਾਹਿਬ ਉਹਨਾਂ ਦ੍ਰਿਸ਼ ਖਿੱਚਿਆ,
ਕਹਿੰਦੇ ਚੋਲਾ ਇੱਕ ਅਜੀਬ ਹੀ ਸਤਿਗੁਰ ਬਣਵਾਇਆ, ਕਲੀ 52 ਲਾ ਉਸ ਨੂੰ ਗੜ ਵਿੱਚ ਪਾਇਆ, ਕੱਲੇ ਕੱਲੇ ਹੱਥ ਕਲੀ ਕੀ ਖੇਡ ਰਚਾਇਆ, ਓਏ ਬਾਂਗ ਜਨਕ ਦੇ ਨਰਕ ਕੁੰਡ ਖਾਲੀ ਕਰਵਾਇਆ, ਖੁਸ਼ੀ ਨਾਲ ਸਭ ਕੈਦੀਆਂ ਜਸ ਗੁਰਾਂ ਦਾ ਗਾਇਆ, ਤੇ ਦਿੱਲੀ ਵੱਲ ਨੂੰ ਗੁਰਾਂ ਨੇ ਤਦ ਕੂਚ ਕਰਾਇਆ, ਫਿਰ ਦਿੱਲੀ ਗਏ ਤੇ ਉੱਥੋਂ ਹੀ ਫਿਰ ਨੱਕ ਪਾੜ ਕੇ ਧੌਣ ਤੇ ਗੋਟਾ ਦੇ ਕੇ ਬਾਬੇ ਵਿਧੀ ਚੰਦ ਜੀ ਹੋਰਾਂ ਨੂੰ ਹੁਕਮ ਕਰਕੇ ਚੰਦੂ ਦੇ ਨਕੇਲ ਪਵਾ ਕੇ ਲਿਆਂਦਾ ਔਰ ਜੁੱਤੀਆਂ ਮਰਵਾਈਆਂ ਖਾਲਸਾ ਜੀ, ਜੋ ਕਿਹਾ ਸੀ ਕਰਕੇ ਵਿਖਾਇਆ। ਹੋਰ ਬੇਨਤੀ, ਬਾਬਾ ਬੁੱਢਾ ਸਾਹਿਬ ਨੂੰ ਉਦੋਂ ਮਹਾਰਾਜ ਨੇ ਵਰ ਦਿੱਤਾ ਗਵਾਲੀਅਰ, ਕਹਿੰਦੇ ਬਾਬਾ ਜੀ 2200 ਘੋੜੇ 2200 ਸਵਾਰ ਇੰਨੇ ਕਿਤੇ ਸਾਡੇ ਨਾਲ ਹੋਏ ਆ, 30,000 ਮਰ ਮਿਟਣ ਲਈ ਤਿਆਰ ਨਹੀਂ ਹੋਇਆ। ਬਾਬਾ ਬੁੱਢਾ ਜੀ ਇੱਕ ਦਿਨ ਆਵੇਗਾ ਤੁਹਾਡੇ ਨਾਂ ਤੇ ਪੰਥ ਦਾ ਨਾਮ ਬੁੱਢਾ ਦਲ ਪੰਥ ਉਹ ਚੱਲੇਗਾ, ਔਰ ਉਹ ਵਰ ਫਿਰ ਨਵਾਬ ਕਪੂਰ ਸਿੰਘ ਸਾਹਿਬ। ਜਦੋਂ ਖਾਲਸਾ ਜੀ ਇੱਕ ਸਮਾਂ ਤੇ ਆ ਗਿਆ, ਸਿੱਖੀ ਇੰਜ ਲੱਗਾ ਨਾ ਮਾਝੇ ਵਿੱਚ ਨਾ ਮਾਲਵੇ ਵਿੱਚ ਨਾ ਦੁਆਬੇ ਵਿੱਚ, ਇੰਜ ਲੱਗਣ ਲੱਗਾ ਵੀ ਸਿੱਖ ਖਤਮ ਹੀ ਹੋ ਗਿਆ, ਕਿਉਂਕਿ ਦੱਸਣ ਵਾਲੇ 10 ਰੁਪਏ ਮਾਰਨ ਵਾਲੇ 50, ਸਿੰਘਾਂ ਦਾ ਏਡਾ ਵੱਡਾ ਜ਼ਾਲਮਾਂ ਨੇ ਇੰਨੀ ਕੁ ਜ਼ਿਆਦਾ ਗੁਰੂ ਪੰਥ ਖਾਲਸੇ ਉੱਤੇ ਸਖਤਾਈ ਕੀਤੀ। ਇਤਿਹਾਸ 18ਵੀਂ ਸਦੀ ਦਾ ਭਾਈ ਰਤਨ ਸਿੰਘ ਜੀ ਭੰਗੂ ਪੜ੍ਹਨੇ ਵਾਲਾ। ਖੈਰ, ਫਿਰ ਨਵਾਬ ਕਪੂਰ ਸਿੰਘ ਜੀ ਦਾ ਸਮਾਂ ਆਇਆ, ਦੀਵਾਨ ਦਰਬਾਰਾ ਸਿੰਘ ਜੀ, ਪਹਿਲੇ ਜਥੇਦਾਰ ਬੁੱਢੇ ਦਲ ਦੇ ਬਾਬਾ ਵਿਨੋਦ ਸਿੰਘ ਜੀ, ਦੂਜੇ ਦੀਵਾਨ ਦਰਬਾਰਾ ਸਿੰਘ ਜੀ। ਬਾਬਾ ਵਿਨੋਦ ਸਿੰਘ ਜੀ 63 ਸਨ, ਜਨਮ ਉਹਨਾਂ ਦਾ, ਗੁਰੂ ਅੰਗਦ ਦੇਵ ਜੀ ਦੀ ਵੰਸ਼ ਨੇ ਉਹ, ਤੇ ਜਿਹੜੇ ਜੀ ਬਹੁਤ ਘੱਟ ਲੋਕਾਂ ਨੂੰ ਪਤਾ, ਬਾਬਾ ਦੀਵਾਨ ਦਰਬਾਰਾ ਸਿੰਘ ਜੀ ਬਾਣੀਆਂ ਦੇ ਘਰ ਪੈਦਾ ਹੋਏ ਸੀ ਦਿੱਲੀ, ਪਰ ਦੇਖੋ ਸਿੱਖੀ ਕਿੱਡੀ ਕਮਾਈ। ਕਹਿੰਦੇ ਨਵਾਬੀ ਉਹਨਾਂ ਨੂੰ ਦਿੰਦੇ ਸੀ, ਤੁਸੀਂ ਲਾਓ, ਆਂਦੇ ਮੈਨੂੰ ਪਾਤਸ਼ਾਹੀ ਦਿੱਤੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ, ਮੈਂ ਕੀ ਲੈਣੀ ਨਵਾਬੀ। ਫਿਰ ਨਵਾਬ ਕਪੂਰ ਸਿੰਘ ਜੀ ਘੋੜਿਆਂ ਦੀ ਲੱਦਾਂ ਟਾਉਂਦਿਆਂ ਨੂੰ ਨਵਾਬੀ ਦਿੱਤੀ, ਉਹਨਾਂ ਦਾ ਸਮਾਂ ਸੀ, ਸਿੱਖੀ ਬਹੁਤ ਵਧੀ ਫੁੱਲੀ, 80-90 ਹਜ਼ਾਰ ਸਿੰਘ ਸ਼ਸਤਰਧਾਰੀ ਤਿਆਰ ਬਰ ਤਿਆਰ ਨੇ ਅੰਗ ਸਿੰਘ, ਹੁਣ ਇਹਨਾਂ ਨੂੰ ਲੰਗਰ ਛਕਾਉਣਾ ਔਖਾ। ਫਿਰ 5 ਜਥੇ ਬਣਾਏ, 5 ਤਰਨਾ ਦਲ, ਇੱਕ ਤਰਨਾ ਦਲ ਮਿਸਲ ਸ਼ਹੀਦਾਂ ਤਰਨਾ ਦਲ ਬਾਬਾ ਦੀਪ ਸਿੰਘ ਸਾਹਿਬ, ਇੱਕ ਅੰਮ੍ਰਿਤਸਰ ਸਾਹਿਬ ਦੇ ਸੀ ਸ਼ਹਿਰੀ ਕਰਮ ਸਿੰਘ ਧਰਮ ਸਿੰਘ, ਉਹਨਾਂ ਨੂੰ ਵੀ ਨਿਸ਼ਾਨ ਦਿੱਤਾ ਗਿਆ, ਕਰਮ ਸਿੰਘ ਜੀ ਹੋਰ ਉਹਨਾਂ ਨੂੰ ਨਿਸ਼ਾਨ, ਇੱਕ ਦਸੌਂਦਾ ਸਿੰਘ ਜੀ, ਤੇ 5ਵਾਂ ਨਿਸ਼ਾਨ ਰੰਗਰੇਟੇ ਗੁਰੂ ਕੇ ਬੇਟੇ, ਜਿਹੜੇ ਹਮੇਸ਼ਾ ਹੀ ਪੰਥ ਦੀ ਤਾਬੇ ਆ ਰਹੇ ਆ। ਔਰ ਇਹ ਦੱਸਦਾ ਇਤਿਹਾਸ ਵੀ ਉਹ ਕੰਮ ਕਰਕੇ ਆ ਕੇ ਦੱਸ ਦੇਣ, ਜਥੇਦਾਰ ਜੀ ਕੰਮ ਕਰਿਆ ਆ, ਤੁਹਾਨੂੰ ਜਾਣ ਦੀ ਲੋੜ ਹੀ ਨਹੀਂ। ਤੇ ਉਹ ਜਦੋਂ ਇਹ ਸੁਭਾਵਕ ਲੜਨ ਨੂੰ ਜਸ਼ੀਲੇ ਆ, ਅੱਜ ਵੀ ਮੋਰਚੇ ਹੱਲ ਕਰਦੇ ਆ, ਔਰ 5ਵਾਂ ਨਿਸ਼ਾਨ ਉਹਨਾਂ ਨੂੰ, ਉਹ 5 ਹੀ ਨਿਸ਼ਾਨ ਅੱਜ ਗੁਰੂ ਪਿਆਰੇ ਸਾਰੇ ਦਲ ਪੰਥ ਇੱਥੇ ਆਉਣੇ ਆ। ਪਿਛਲੇ ਸਾਲ ਬਾਬਾ ਬਲਵੀਰ ਸਿੰਘ ਸਾਹਿਬ ਹੋਰਾਂ ਆਵਾਜ਼ਾਂ ਮਾਰ ਮਾਰ ਕੇ, ਆਓ ਮੋਰਾਂ ਵਾਲੀ ਜੀ, ਆਓ ਆਓ ਸਿੰਘੋ ਆਓ, ਸਵਈਏ ਪੜ੍ਹੀਏ, ਕਿਉਂਕਿ ਇਹ ਮਰਿਆਦਾ ਵੀ ਕੁਝ ਸਮੇਂ ਲਈ ਬੰਦ ਸੀ। ਮਹਾਰਾਜ ਮਿਹਰ ਕਰੇ, ਸਾਰੇ ਪੰਥ ਨੂੰ ਰਲ ਕੇ ਜੁੜ ਕੇ ਉਹ ਸਿਰ ਜੋੜ ਕੇ ਬੈਠਣ ਦਾ ਵੇਲਾ ਵੀਰੋ, ਕੱਲੀ ਕੱਲੀ ਉਂਗਲ ਭੰਨ ਦੇਣਗੇ। ਆਪ ਜੀ ਕਹਿੰਦੇ ਹੁੰਦੇ ਸੀ ਨਾ ਭਈ, ਇਹ ਸੱਚਾ ਪੰਥ ਹੈ ਸੱਚੇ ਦਾ, ਨਹੀਂ ਮਰ ਸਕਦਾ ਨਹੀਂ ਮਿਟ ਸਕਦਾ, ਲੱਖ ਝੱਖੜ ਚੋਂ ਲੇਸ ਉੱਤੇ ਕੋਈ ਦਾ ਵਾਲ ਵੀ ਵੰਗਾ ਨਹੀਂ ਕਰ ਸਕਦਾ। ਸਮਾਂ ਇਹ ਸਦਾ ਇੱਕੋ ਜਿਹਾ ਨਹੀਂ ਰਹਿੰਦਾ, ਆਉਂਦਾ ਜਾਂਦਾ ਰਹਿੰਦਾ। ਲੀਡਰਾਂ ਕਰਕੇ ਪੰਥ ਨਹੀਂ, ਇਹ ਪੰਥ ਕਰਕੇ ਲੀਡਰ ਨੇ। ਪੰਥ ਕੀ ਰਹੇਗੀ ਉਹ ਗ੍ਰੰਥ ਕੀ ਰਹੇਗੀ, ਪੰਥ ਨਾ ਰਹਾ ਤੇ ਤੇਰੇ ਗ੍ਰੰਥ ਕੋ ਕੌਣ ਪੁੱਛੇਗਾ। ਅੱਜ ਪੰਥ ਨੂੰ ਬਚਾਉਣ ਦੇ ਲਈ ਸਾਰੇ ਕਮਰ ਕੱਸੇ ਕਰੋ, ਇਕੱਤਰਤ ਹੋਵੋ, ਇੱਕ ਦੂਜੇ ਨੂੰ ਅਦਬ ਦਿਓ, ਪਿਆਰ ਕਰੋ, ਇੱਕ ਦੂਜੇ ਦਾ ਸਤਿਕਾਰ ਕਰੋ, ਤਿਰਸਕਾਰ ਨਾ ਕਰੋ। ਇਹ ਸ਼ਾਨਾ ਮੱਤਾ ਇਤਿਹਾਸ ਹੈ। ਜਦੋਂ ਪੰਥ ਆਉਂਦਾ, ਜਥੇ ਆਉਂਦੇ ਨੇ, ਅਸੀਂ ਵੇਖਿਆ ਅੰਮ੍ਰਿਤ ਵੇਲੇ। ਇੱਕ ਹੋਰ ਬੇਨਤੀ ਸਾਹ ਸੰਗਤ ਜੀ, ਅੰਮ੍ਰਿਤ ਵੇਲੇ 5 ਸਰੋਵਰਾਂ ਦਾ ਇਸ਼ਨਾਨ ਕਰਦੇ ਨੇ ਨਿਹੰਗ ਸਿੰਘ, ਔਰ ਅਸੀਂ ਵੇਖਿਆ ਅੰਮ੍ਰਿਤ ਵੇਲੇ ਜਦੋਂ ਇਸ਼ਨਾਨ ਕਰ ਰਹੇ ਸੀ ਨਾ, ਆਮ ਸੰਗਤ ਵੀ ਅੱਗੇ ਘੱਟ ਘੱਟ ਗਿਆ ਸੀ ਰੁਝਾਨ, ਉਹਨਾਂ ਜਦੋਂ ਥੋੜੇ ਸਮੇਂ ਤੋਂ ਬੋਲਣਾ ਸ਼ੁਰੂ ਕੀਤਾ, ਭਾਈ ਇਹ ਮਰਿਆਦਾ। ਔਰ ਸੱਚਮੁੱਚ ਸਾਧ ਸੰਗਤ ਜੀ, ਇਹ ਸੱਚਾਈ ਜੇ 5 ਸਰੋਵਰਾਂ ਦੀ ਜੋ ਮਹੱਤਤਾ ਬਹੁਤ ਵੱਡੀ ਆ। ਸੰਤੋਖ ਸਰ ਸਾਹਿਬ ਸੰਤੋਖ ਬਖਸ਼ਦੇ ਆ, ਉਹ ਵਿਵੇਕ ਸਰ ਸਾਹਿਬ ਵਿਵੇਕ ਬੁੱਧੀ ਬਖਸ਼ਦੇ ਆ, ਰਾਮ ਸਰ ਸਾਹਿਬ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਵੱਡੀਆਂ ਬਰਕਤਾਂ, ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਉੱਥੇ ਮਹਾਰਾਜ ਜੀ ਨੇ ਉਚਾਰਿਆ ਕੰਢੇ ਤੇ ਸੰਗਤ ਜੀ। ਔਰ ਏਦਾਂ ਹੀ ਕੌਲ ਸਰ ਸਾਹਿਬ, ਉਹ ਮਾਈ ਦੇ ਨਾਲ ਵੀ ਵਾਧੀ ਨਾ ਕਰੀਏ, ਮਹਾਰਾਜ ਨੇ ਵਰ ਦਿੱਤਾ ਸੀ ਪਹਿਲਾਂ ਤੇਰੇ ਇਸ਼ਨਾਨ ਕਰਨਗੇ ਮੇਰੇ ਸਿੰਘ ਅੱਜ ਫਿਰ, ਔਰ ਮਾਤਾ ਕਮਲਾ ਜੀ ਤੇ ਫਿਰ ਕੋਈ 68 ਤੀਰਥਾਂ ਦਾ ਵਰ ਥੜੇ ਸਾਹਿਬ ਕੋ ਉੱਥੇ ਵੀ ਇਸ਼ਨਾਨ ਕਰਦੇ ਆ, ਔਰ ਦੁੱਖ ਭੰਜਨੀ ਬੇਰੀ ਥੱਲੇ ਅੱਖੀ ਵੇਖੇ ਅੰਮ੍ਰਿਤ ਵੇਲੇ। ਐਸੇ ਬੱਚਾ, ਇੱਕ ਬੱਚਾ ਉਹਨੂੰ ਜੋ ਵੇਖੋ ਬਹੁਤ ਕੰਬਦਾ ਸੀ, ਪਰ ਜਿਉਂ ਹੀ ਉਹਨੇ ਟੁੱਬਾ ਲਾਇਆ ਐਸੀ ਕਲਾ ਵਰਤੀ, ਉਹ ਜਕਾਰੇ ਛੱਡਣ ਲੱਗ ਪਿਆ, ਬਿਲਕੁਲ ਅਰੋਗ ਹੋ ਗਿਆ। ਅੱਜ ਦੀ ਗੱਲ ਮਹਾਰਾਜ ਦੇ ਹਜ਼ੂਰ ਪ੍ਰਤੱਖ ਅੱਖੀ ਵੇਖਿਆ, ਜਦੋਂ ਵੇਖਿਆ ਉਹਨੂੰ ਹੌਸਲਾ, ਮੈਂ ਕਿਹਾ ਤਕੜਾ ਹੋ ਪੁੱਤਰਾ ਲਾ ਟੁੱਬਾ, ਪਰ ਬਹੁਤ ਕੰਬੇ, ਪਤਾ ਨੀ ਕੀ ਉਹਦੇ ਨਾਲ ਕਿਹੜੀ ਘਟਨਾ ਸੀ ਕੀ ਸੀ, ਪਰ ਜਿਉਂ ਹੀ ਟੁੱਬਾ ਲਾ ਲਿਆ ਮੁੜ ਕੇ ਬੜਾ ਸੋਹਣਾ ਖੜਾ ਤੇ ਐਨ ਤਿਆਰ ਬਰ ਤਿਆਰ ਹੋ ਕੇ ਗਿਆ। ਇਹ ਪ੍ਰਤੱਖ ਕਰਾਮਾਤਾਂ ਬਰਕਤਾਂ ਵਰਤਦੀਆਂ ਨੇ, ਜਿਹੜੇ ਅੱਜ ਕਹਿੰਦੇ ਨੇ ਜੀ ਦੁੱਖ ਭੰਜਣੀ ਨਹੀਂ ਸੋਭਨ ਨਹੀਂ,
मैं उन्होंने कहना दुख भंजनी बेरिया मैं भी पुजारी नहीं पर ए मैं गुरु रामदास की बख्शिश देखना प्रतख जी दस अज का देखो एक पास कहने रुख लाओ चलो जे आम रुख लगाते फिर जारो जे ए दुख भंज बेरिया एवं नहीं इन्हों इतिहास जुड़िया होया हूं बाबा बुढ़ा साहब जी बाली बेरी बाबा बुढ़ा साहब कहते एवं मामूली हस्ती अदब है बेरिया का भी चलो अदब इस करके महाराज दरबार च खड़िया वो पुछया सी ना किसी ने कहते बेरिया बकरिया चर गई के बुढ़िया वह मर गई तुसी हाले तक भी खड़िया तुसी क्यों नहीं मरिया उन्हें ही कहा साडे उत्ते नजर होई आ सतगुरु सच्चे पातशाह दी गुरु की नजर जिन्हां उत्ते हो जाओ कदे नहीं मरदे यह बेरिया नहीं मर रही बेरिया का किंतू परंतु करन बारे कई मर गए कई मर जाना यह सदा ही रहणगियां इन्हें उत्ते जिस दस्या इन्हां सतगुरु की बख्शिश होई है जिद साहबा नजर पै गई जे रेठे उत्ते पै रेठा साहब बन गया जे बेरी उत्ते बेसाहब बन गया साहबा ने साहिबी बख्श दी अज का जरा खास करके जे इथे जो हुण प्रोग्राम होना सवैये अकाल तख्त साहब दे उत्ते अकाल तख्त साहब ते रहरा साहब दा सारा जो शामा दा अपने सोधर साहब चौंकी होनी ना हाँ जी ओहदे नाल ही फिर निहंग सिंह सारे इथे सजणगे उन्हां दे दलां पंथां दा सब दा सब तों पहला बुढ़े दल नूं सत्कार दिता जांदा क्योंकि बुढ़ा दल श्रेष्ठ मन्निया जांदा महाराज दे नगारे महाराज जी दे निशान साहब अज भी उन्हां दे कोल ने ठीक है अज भी सच्चे पातशाह जी दीआं जिहड़ियां सतगुरु दे नाल निशान चलदे सी उन्हां दे कोल ने और उन्होंने गांह बरकत दिखा पुराना समा सी हुण ते थोड़ा हो गया इत्थे निहंग सिंह पढ़दे हुंदे सी मेरा नाम हैगा ही सिंह बूता मैं तां राह दे विच खलोता मेरे हाथ विच सोटा मोटा तू नलायक खोता तैथो राज नहीं तू डर गया जाएगा रोता भाभी खानू नू तेरा देवर है सिंह भाई रतन सिंह जी कहिंदे भैण सी हुण 1500 सिख जिहड़ा सरकार दी जॉब करदा सी ओह मरवाया सी अज कहिंदे जी नहीं खानू नू कहिंदे एवें इतिहास बगाड़न ते लगे होए आ सो बहुत बहुत धन्यवाद क्योंकि हुण इन्हां ने सिंह साहब ने ये सारे जथे ने फौजा ने जाना सवैये पढ़ने जाके अते उत्थे जिहड़ा संदेशा ओह पहलां दे दिंदे सिंह साहब दशी डू जी तो महाराज की कृपा अगे तो सिंह साहब जी बोलते ने जो होंगे ना शामा की मर्यादा करके 5 बजे तो शुरू हो जाता 5 बजे तो सारा क्योंकि दल पंथ होने सजना तो उत्थे पहुंचना भी मुश्किल हो जाता कई बार पर ऐतक थोड़ा अमृतसर साहब वाला जो होया कांड ना करके थोड़ा जा फर्क पर फिर भी चढ़ती कला पंथ से महाराज ये तो बंद बंद और जो भाई मनी सिंह होर सदे उदो भी उन्होंने इशनान करते मारे इतने शहीद किए पर सिंह फिर नहीं हटे बूता सिंह गर्जा सिंह होर उदो ही आए खालसा जी अमृतसर साहब की धरती आ ते गुरु हरगोबिंद साहब जी आए ने बंदी छोर पातशाह और मेरे सतगुरु जी बैठे दो तलवारां पाके मालिक मीरी पीरी दे आ बैठे दो तलवारां पाके मालिक मीरी पीरी दे हरगोबिंद पीर गुरबारी बडियो दे बापारी उपकारी हरगोबिंद पीर गुरपारी बडियो दे बापारी उपकारी ओ किंदे बन जो शास्त्र तारी दुश्मन जालम गिरी दे बैठे दो तलवारा पाके मालक मीरी पीरी दे बैठे दो तलवारा पाके मालक मीरी पीरी दे ओ मालक मीरी पीरी दे मालक मीरी पीरी दे मेरी पीरी दे मालक मेरी पीरी दे बैठे दो तलवारा पाके मालक मेरी पीरी दे बैठे तलवारा पाके मालक मेरी पीरी दे जकारे जावे नाले जावे मेरी पीरी दे मालक आ जान वाहो सतगुरु गुरु हरगोबिंद साहब जी दे चरणा नू पावे समुचे खालसे पंथ का धन्यवाद वीरो तगड़े होवो इकट्ठे होवो डॉक्टर साहब बहुत सुंदर सतगुरु की कृपा उन्होंने को अल्फाज ने संगत जी जिथे उसताद जी होर दा जिक्र किया पिता जी भी नाल आए हुए ने ज्ञानी गुरमेल सिंह जी और मैं बेनती करा चाचा जी होरी होरे ना जेडे गगन दमामा वाजे बोलियम कढे ऐसा मैटर कितने रंधावा साहब की कलम इथों दियां ऐसिया ऐसिया बनगियां पेश कीतियां अज भी लोन एन खड़ा हो जाता रोम रोम
ਧੌਣ ਦੇ ਰੋਮ ਖੜ ਜਾਂਦੇ ਆ ਇਹਨਾਂ ਦਾ ਸੁੰਦਰ ਉਹ ਲੈਕਚਰ ਮੇਰਾ ਨੇ ਤੇ ਇਦਾਂ ਹੀ ਮੇਰਾ ਬਣੀਆਂ ਰਹਿਣ ਵੀਰ ਭਾਨ ਸਿੰਘ ਜੀ ਦਾ ਵੀ ਧੰਨਵਾਦ ਅਸਤਰੀਆ ਬੜਾ ਪਿਆਰ ਦਿੱਤਾ ਫਿਰ ਇੰਗਲੈਂਡ ਆਏ ਬਲ ਸਾਹਿਬ ਹੋਰਾਂ ਉੱਥੇ ਵਿਸ਼ੇਸ਼ ਕਿਉਂਕਿ ਅਸੀਂ ਤਾਂ ਫੋਟੋ ਦਿਖਾਉਂਦੇ ਫਿਰਦੇ ਸੀ ਉਹ ਫੋਟੋ ਦਿਖਾਉਂਦੇ ਦਿਖਾਉਂਦੇ ਆਪਣੀ ਲੱਗ ਜਾਣੀ ਸੀ ਸਰਕਾਰਾਂ ਦੀ ਵੀ ਜਾਣ ਹੀ ਨਹੀਂ ਦੇਣਾ ਇਹ ਤੇ ਮਹਾਰਾਜ ਨੇ ਮੇਰਾ ਕੀਤੀਆਂ ਸਤਿਗੁਰਾਂ ਨੇ ਇੱਥੇ ਲੈ ਆਉਂਦੇ ਸੋ ਮਹਾਰਾ ਮੇਰਾ ਕਰੇ ਸਦਾ ਹੀ ਚੜ੍ਹਦੀ ਕਲਾ 'ਚ ਰੱਖੇ ਜੀ ਭੁੱਲਾਂ ਚੁੱਕਾਂ ਦੀ ਮੁਆਫ਼ੀ ਹੱਕਾਂ ਖਾਤਰ ਲੜਦਾ ਯੋਧਾ ਕਹਿਣ ਕਰਨ ਦਾ ਪੂਰਾ ਸੀ ਇੰਦਰਾ ਦੇ ਹੰਕਾਰ ਨੂੰ ਜਿਸਨੇ ਕਰਤਾ ਚੂਰਾ ਚੂਰਾ ਸੀ ਇੰਦਰਾ ਦੇ ਹੰਕਾਰ ਨੂੰ ਜਿਸਨੇ ਕਰਤਾ ਚੂਰਾ ਚੂਰਾ ਸੀ ਰਾਤਰੇ ਵਿੱਚ ਟਕਸਾਲੀ ਜੋ ਰਾਤਰੇ ਵਿੱਚ ਟਕਸਾਲੀ ਜੋ ਸ਼ਮਸ਼ੀਰ ਡਰਾਵੇ ਵੈਰੀ ਨੂੰ ਪੰਥ ਦੋਖੀ ਨੂੰ ਡਰਾਉਂਦੀ ਆ ਮਹਾਰਾਜ ਮੇਰ ਕਰੇ ਇੱਥੇ ਹਿੰਦੂ ਭਰਾ ਵੀ ਸ਼ਹੀਦ ਵੀ ਹੋਏ ਆ ਸੰਤਾਂ ਦੇ ਨਾਲ ਉਹ ਲੰਬੇ ਸਮੇਂ ਦੀਆਂ ਕਹਾਣੀਆਂ ਇੰਨੀ ਕੁ ਹਾਜ਼ਰੀ ਲਾ ਲੈਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ ਇਹ ਸਨ ਭਾਈ ਤਰਸੇਮ ਸਿੰਘ ਜੀ ਮੋਹਰਾਂ ਵਾਲੇ ਅਤੇ ਉਹਨਾਂ ਦੇ ਸਾਥੀ ਜਿਨ੍ਹਾਂ ਨੇ ਹੁਣ ਜਾ ਕੇ ਅਕਾਲ ਤਖਤ ਸਾਹਿਬ ਜੀ ਉੱਥੇ ਵੀ ਹਾਜ਼ਰੀ ਭਰਨੀ ਹੈ ਸੋ ਦੀਵਾਲੀ ਬੰਦੀ ਛੋੜ ਦਿਵਸ ਦੀ ਇਹਨਾਂ ਮਹੱਤਤਾ ਦੱਸੀ ਹੈ ਕਿ ਬੰਦੀ ਛੋੜ ਦੀਵਾਲੀ ਮਨਾਉਂਦੇ ਆ ਜੇ ਮਨਾਉਣ ਵਾਸਤੇ ਭਾਈ ਮਨੀ ਸਿੰਘ ਨੂੰ ਬੰਦ ਵੀ ਕਟਵਾਉਣੇ ਪਏ ਅਤੇ ਇਹ ਦੀਵਾਲੀ ਮਨਾਉਣ ਵਾਸਤੇ ਉਹਨਾਂ ਨੇ ਉਹ ਵੀ ਕਟਵਾ ਦਿੱਤੇ ਸੋ ਇਹ ਬੰਦੀ ਛੋੜ ਦਿਵਸ ਜਿੱਥੇ ਜਿੱਥੇ ਵੀ ਭਾਈ ਬੈਠੇ ਹੋ ਖੁਸ਼ੀਆਂ ਦਾ ਇਜ਼ਹਾਰ ਹੈ ਅਤੇ ਦੀਵਾਲੀ ਮਨਾਉਂਦਿਆਂ ਮਨਾਉਂਦਿਆਂ ਜਿੱਥੇ ਬਾਹਰ ਦੀਵੇ ਜਗਾਉਂਦੇ ਉੱਥੇ ਆਪਣੇ ਦਿਲਾਂ ਦੇ ਵੀ ਦੀਵੇ ਜਗਾਉਣੇ ਨੇ ਤਾਂ ਕਿ ਸਾਡੇ ਦਿਲਾਂ ਵਿੱਚ ਵੀ ਚਾਨਣ ਹੋ ਜਾਵੇ ਗੁਰੂ ਰਾਮਦਾਸ ਦੀ ਬਖਸ਼ਿਸ਼ ਹੋ ਜਾਵੇ ਸੋ ਆਪਾਂ ਅੱਜ ਇੱਥੇ ਹੁਣ ਜਾ ਕੇ ਹੋਰ ਵੀ ਤੁਸੀਂ ਪ੍ਰੋਗਰਾਮ ਦੇਖਣੇ ਨੇ ਦਰਬਾਰ ਸਾਹਿਬ ਦੇ ਆਪਾਂ ਉੱਥੇ ਚੱਲਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਵੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਆਉਂਦੇ ਹੋ ਖਾਸ ਕਰਕੇ ਬਾਹਰਲੀਆਂ ਸੰਗਤਾਂ ਅਤੇ ਉਹਨਾਂ ਦੇ ਮਨ ਵਿੱਚ ਇੱਕ ਛੋਟੀ ਤੰਗ ਹੁੰਦੀ ਹੈ ਛੋਟਾ ਜਿਹਾ ਡਰ ਵੀ ਹੁੰਦਾ ਹੈ ਕਿ ਅਸੀਂ ਉੱਥੇ ਜਾਵਾਂਗੇ ਅਤੇ ਰਵਾਂਗੇ ਕਿੱਥੇ ਉਹ ਜਿਹੜਾ ਡਰ ਸੀ ਉਹ ਮੇਰੇ ਵੀਰ ਮੇਰੇ ਕੋਲ ਖੜ੍ਹੇ ਨੇ ਸਰਦਾਰ ਹਰਭਜਨ ਸਿੰਘ ਜੀ ਸ਼ੇਰਗਿੱਲ ਸਾਹਿਬ ਵੁਲਹੰਟਨ ਦੇ ਨਿਵਾਸੀ ਅਤੇ ਇਹਨਾਂ ਨੇ ਬੜੀ ਮਿਹਨਤ ਲਗਨ ਦੇ ਨਾਲ ਆਪਣੇ ਸਾਥੀਆਂ ਦੇ ਨਾਲ ਕੁਝ ਵਰੇ ਪਹਿਲਾਂ ਹੋਏ ਇੱਥੇ NRI ਸਰਾਮ ਬਣਾ ਕੇ ਉਹ ਜਿਹੜੀ ਇਹ ਦਿੱਕਤ ਸੀ ਉਹ ਵੀ ਦੂਰ ਕਰ ਦਿੱਤੀ ਅਤੇ ਹੁਣ ਤੁਸੀਂ ਆਉਂਦੇ ਹੋ ਇੱਥੇ ਜੋ ਕਮਰੇ ਜਿਹਨਾਂ ਪਹਿਲਾਂ ਬੁੱਕ ਕਰ ਲਏ ਉਹ ਵੀ ਜੇ ਨਹੀਂ ਤਾਂ ਵੀ ਖੜ੍ਹੇ ਟਾਈਮ ਵੀ ਜੇ ਕਮਰੇ ਹੋਣ ਅਤੇ ਇਹ ਬੜੇ ਦਿਲ ਖੋਲ੍ਹ ਕੇ ਸਾਰਿਆਂ ਨੂੰ ਜੀ ਆਇਆ ਆਖਦੇ ਹਾਂ ਤਾਂ ਕਿ ਜਿਹੜੀ ਬਾਹਰੋਂ ਸੰਗਤ ਆਉਂਦੀ ਉਹਨੂੰ ਕੋਈ ਦਿੱਕਤ ਨਾ ਹੋਵੇ ਭਾਈ ਹਰਭਜਨ ਸਿੰਘ ਜੀ ਖਾਸ ਕਰਕੇ ਅੱਜ ਦੇ ਦਿਨ ਦੇ ਉੱਤੇ ਤੁਸੀਂ ਸੰਗਤਾਂ ਨੂੰ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਤਾਂ ਮੈਂ ਫਤਿਹ ਬੁਲਾਉਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨੀਆਂ ਵੀ ਸੰਗਤਾਂ ਇਸ ਵੇਲੇ ਵਰਲਡ ਦੇ ਵਿੱਚ ਜਿੱਥੇ ਵੀ ਬੈਠੀਆਂ ਸਿੱਖ ਚੈਨਲ ਦਾ ਪ੍ਰੋਗਰਾਮ ਦੇਖ ਰਹੀਆਂ ਉਹਨਾਂ ਸਾਰਿਆਂ ਨੂੰ ਬੰਦੀ ਛੋੜ ਦੀਆਂ ਲੱਖ ਲੱਖ ਵਧਾਈਆਂ ਦਿੰਦੇ ਹਾਂ ਕਿਉਂਕਿ ਇਸ ਵੇਲੇ ਜੋ ਪ੍ਰੋਗਰਾਮ ਇੱਥੇ ਚੱਲ ਰਿਹਾ ਉਹ ਦੇਖਣ ਯੋਗ ਆ ਹਰ ਸਾਲ ਦੀ ਤਰ੍ਹਾਂ ਦੀਵਾਲੀ ਬਹੁਤ ਹੀ ਸੰਗਤ ਦਾ ਉਤਸ਼ਾਹ ਵੱਧ ਰਿਹਾ ਅਤੇ ਇਸੇ ਤਰ੍ਹਾਂ ਹੀ ਹੋਰ ਵਧੂਗਾ ਕਿਉਂਕਿ ਸਿੱਖ ਹੀ ਨਹੀਂ ਇਕੱਲੇ ਆ ਰਹੇ ਸਾਰੇ ਹਿੰਦੁਸਤਾਨ ਦੇ ਵਿੱਚੋਂ ਹਰ ਕੌਮ ਦੇ ਬੰਦੇ ਇੱਥੇ ਸੰਗਤਾਂ ਆ ਰਹੀਆਂ ਅਤੇ ਬਹੁਤ ਪ੍ਰਸੰਨ ਹੋ ਕੇ ਜਾਂਦੀਆਂ ਕਿਉਂਕਿ ਜਦੋਂ ਵੀ ਇੱਥੇ ਸੰਗਤ ਆਉਂਦੀ ਆ ਅਤੇ ਉਹਨਾਂ ਨੂੰ ਅਸੀਂ ਪੁੱਛਦੇ ਹਾਂ ਉਹ ਕਹਿੰਦੇ ਵੀ ਇਸ ਤਰ੍ਹਾਂ ਦਾ ਪ੍ਰੋਗਰਾਮ ਜਾਂ ਇਸ ਤਰ੍ਹਾਂ ਦਾ ਨਜ਼ਾਰਾ ਅਸੀਂ ਕਿਤੇ ਵੀ ਹਿੰਦੁਸਤਾਨ 'ਚ ਨਹੀਂ ਦੇਖਿਆ ਇਹ ਗੁਰੂ ਰਾਮਦਾਸ ਜੀ ਦੀ ਕਿਰਪਾ ਉਹਨਾਂ ਦਾ ਸਦਕਾ ਜੋ ਵੀ ਇੱਥੇ ਪ੍ਰਾਣੀ ਆਉਂਦਾ ਉਹ ਆਪਣੀ ਸ਼ਰਧਾ ਲੈ ਕੇ ਆਉਂਦਾ ਚਾਹੇ ਉਹ ਬਿਮਾਰ ਹੋਵੇ ਚਾਹੇ ਉਹ ਕਿਸ ਤਰ੍ਹਾਂ ਵੀ ਆਪਣੀ ਸ਼ਰਧਾ ਲੈ ਕੇ ਆਉਂਦਾ ਉਹਦੀ ਮਨੋਕਾਮਨਾ ਪੂਰੀ ਹੁੰਦੀ ਆ ਅਤੇ ਸੰਗਤਾਂ ਬਹੁਤ ਆਉਂਦੀਆਂ ਅਤੇ ਅੱਜ ਦਾ ਜੋ ਪ੍ਰੋਗਰਾਮ ਹੈ ਕੁਛ ਪ੍ਰੋਗਰਾਮ ਥੋੜ੍ਹਾ ਜਿਹਾ ਸਲੋ ਹੋ ਗਿਆ ਕਿਉਂਕਿ ਐਕਸੀਡੈਂਟ ਹੋਣ ਦੇ ਨਾਲ ਅਤੇ ਅੱਜ ਅਸਤਵਾਜੀ ਚੱਲੂਗੀ 10 ਮਿੰਟ ਦੀ ਅਤੇ ਫਿਰ ਵੀ ਚੰਗਾ ਪ੍ਰੋਗਰਾਮ ਇਹ ਕਰਨਗੇ ਪਰ ਗਾਹਾਂ ਤੋਂ ਵੀ ਜ਼ਰੂਰ ਕਰਿਆ ਕਰਨਗੇ ਸੋ ਮੈਂ ਤਾਂ ਇਹ ਕਹਿੰਦਾ ਕਿ ਜਿਹੜੀ ਵੀ ਸੰਗਤ ਇੱਥੇ ਆਉਂਦੀ ਹੈ NRI ਦੇ ਵਿੱਚ ਉਹ ਮੇਰੇ ਬੇਨਤੀ ਆ ਕਿ ਜੇ ਕਮਰਾ ਬੁੱਕ ਕਰਾ ਲੈਣ ਤਾਂ ਬਹੁਤ ਵਧੀਆ ਕਿਉਂਕਿ ਸੰਗਤ ਇੰਨੀ ਜ਼ਿਆਦਾ ਵੱਧ ਚੁੱਕੀ ਆ ਕਿ ਕਮਰੇ ਨਹੀਂ ਉਹਨਾਂ ਨੂੰ ਮਿਲਦੇ ਤਾਂ ਫਿਰ ਸੰਗਤ ਨਾਰਾਜ਼ ਹੁੰਦੀ ਆ ਜਿਹੜਾ ਕਿ ਸਾਨੂੰ ਵੀ ਬਹੁਤ ਜ਼ਿਆਦਾ ਦੁੱਖ ਲੱਗਦਾ ਅਤੇ ਸੰਗਤ ਨੂੰ ਅਸੀਂ ਇਹ ਕਹਿੰਦੇ ਹਾਂ
कि जे रामदास जी के दर्शन करने वास्ते अमृतसर दरबार साहब आने तो आने तो पहला जरूर कमरे बुक करा लैन। ये नहीं भी एन आर आई दे सारा गढ़ी दे ऑनलाइन है, गंगा निवास ऑनलाइन है कि ऑनलाइन भी तुसी दरबार साहब बुक करा सकते हैं कि साड़ी संगत नूं है कि ना किसी नूं तकलीफ ना हो, क्योंकि जब असी बच्चे लैके इत्थे आने तो असी बहुत बच्चों नूं समझाने कि आपां अमृतसर जाना दरबार साहब आ। जिस वेले बच्चों नूं कमरे नहीं मिलते वो फिर माँ बाप नूं टोंदे आ कि तुसी तां कहिंदे सी बहुत वधिया इत्थे सानूं कमरा नहीं मिलिया, बच्चे नाराज हुंदे आ। बच्चों नूं जोड़न दा इह ही इक तरीका कि जे बच्चों नूं इत्थे चंगी सहूलत मिले तो बच्चे हर साल इत्थे आउणगे। कई बच्चों नूं असीं पुछदे आ वो कहिंदे वी पिंडां नालों साडा दरबार साहब एन आर आई दे विच दिल लगदा, वो दो दिन लई आउंदे आ, वो हफ्ता हफ्ता रह के जांदे आ, सानूं बड़ी खुशी हुंदी आ। सो मैं सारे जिन्नियां भी संगतां सुगल साहब जिहड़ा तुसीं आख्या कि जो बच्चे उत्थों असीं लै आउंदे आपणे प्रेर के, जो इत्थे उहनूं फैसिलिटी नहीं मिलदी फिर वो जरूर उहनां दा थोड़ा दिल दूर हुंदा है। दिल ते ਇਹ ਵੀ ਮੈਂ ਸੰਗਤ ਅੱਗੇ ਬੇਨਤੀ ਕਰ ਦੇਵਾਂ ਕਿ ਸੰਗਤ ਇਹਨਾਂ ਮੌਕੇ ਦੇ ਉੱਤੇ ਆਮ ਹੀ ਦਰਬਾਰ ਮੱਥਾ ਟੇਕਣ ਵਿੱਚ ਹਜ਼ਾਰਾਂ ਲੱਖਾਂ ਦੀ ਤਾਦਾਦ ਵਿੱਚ ਆਉਂਦੇ ਆ ਅਤੇ ਸਾਰਿਆਂ ਨੂੰ ਅਕੋਮੋਡੇਟ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਇਸ ਕਰਕੇ ਤੁਸੀਂ ਕਮਰਾ ਪਹਿਲਾਂ ਬੁੱਕ ਕਰਕੇ ਉੱਥੋਂ ਤੁਰੋ ਕਮਰਾ ਬੁੱਕ ਕਰਕੇ ਤਾਂ ਕਿ ਤੁਹਾਡੀ ਅਕੋਮੋਡੇਸ਼ਨ ਇੱਥੇ ਹੋ ਜਾਵੇ। ਅਤੇ ਗਿੱਲ ਸਾਹਿਬ ਜਿਹੜੇ ਜਦੋਂ ਤੁਸੀਂ ਬਣਾਏ ਹੋ ਮੈਨੂੰ ਇਹ ਦੱਸੋ ਕਦੀ, ਕਿਉਂਕਿ ਇਹਦੇ ਉੱਤੇ ਪੈਸਾ ਵੀ ਬਹੁਤ ਖਰਚ ਆਉਂਦਾ ਹੈ, ਇੱਥੇ ਇੰਨੀ ਮੇਨਟੇਨੈਂਸ ਵੀ ਕਰਨੀ ਸਭ ਕੁਝ ਕਰਨੀ, ਕਦੀ ਤੁਸੀਂ ਨਿਰਾਸ਼ਾ ਵੀ ਹੋਈ ਆ ਕਿ ਮਨ ਧਨੀ ਕਹਿੰਦਾ ਵੀ ਮੈਂ ਕਿੱਥੇ ਫਸ ਗਿਆ, ਵੀ ਕੋਈ ਪੈਸੇ ਕੋਈ ਬਾਹਰੋਂ ਦਿੰਦਾ ਨਹੀਂ ਤੇ ਹੁਣ ਗੱਲ ਚਲਾਉਣਾ ਹੈ। ਇਹ ਗੱਲ ਹੈ ਜਿਸ ਵੇਲੇ ਮੈਂ ਸ਼ੁਰੂ ਕੀਤਾ ਤੇ ਮੈਂ ਅਰਦਾਸ ਕੀਤੀ ਸੀ ਰਾਮਦਾਸ ਦੇ ਚਰਨਾਂ 'ਚ ਭਈ ਤੂੰ ਤੇਰੀ ਜਗ੍ਹਾ ਤੈਨੂੰ ਬਣਾਉਣੀ ਆ। ਮੇਰਾ ਖਿਆਲ ਆ ਵੀ ਜਿੱਦਣ ਦਾ ਸਾਨੂੰ 10 ਸਾਲ ਹੋ ਗਏ ਆ ਇਹ ਬਣੀ ਨੂੰ, ਸਾਨੂੰ ਕਿਸੇ ਕਿਸਮ ਦੀ ਨਿਰਾਸ਼ਾ ਨਹੀਂ ਹੋਈ, ਸਮਾਂ ਰੋਜ਼ ਦੀ ਰੋਜ਼ ਖੁਸ਼ੀ ਮਹਿਸੂਸ ਹੁੰਦੀ ਆ, ਸੰਗਤ ਵਧੀ ਆ। ਇਹ ਵੀ ਬਹੁਤ ਵੱਡਾ ਕਾਰਜ ਹੈ ਜੀ ਜਿਹੜਾ ਕਿ ਬਣਾ ਲੈਣਾ ਗੱਲ ਹੋਰ ਹੈ, ਉਸਨੂੰ ਮੇਨਟੇਨ ਕਰਨਾ ਤਾਂ ਕਿ ਜਿਹੜੇ ਬਾਹਰੋਂ ਬੱਚੇ ਆਉਂਦੇ ਨੇ ਉਹ ਜੋ ਉਹਨਾਂ ਨੂੰ ਪੂਰੀ ਫੈਸਿਲਿਟੀ ਮਿਲਣੀ ਚਾਹੀਦੀ ਹੈ ਅਤੇ ਇਹ ਪੂਰਾ ਤਨਦੇਹੀ ਦੇ ਨਾਲ, ਕਿਉਂਕਿ ਇੰਗਲੈਂਡ ਵਿੱਚ ਉੱਥੋਂ ਛੱਡ ਕੇ ਇੱਥੇ ਆਉਣ ਨੂੰ ਕਿਹੜਾ ਜੀ ਕਰਦਾ ਹੈ, ਪਰ ਫਿਰ ਵੀ ਆ ਕੇ ਇੱਥੇ ਮੇਨਟੇਨ ਕਰਦੇ ਨੇ। ਹੁਣ 4-4 ਮਹੀਨੇ ਰਹਿੰਦੇ ਨੇ, ਫਿਰ ਚੱਲ ਜਾਣਾ, ਫਿਰ ਆ ਜਾਣਾ। ਮਨ ਵਿੱਚ ਇਹ ਹੁੰਦਾ ਹੈ ਕਿ ਜਿਹੜਾ ਇੱਥੇ ਜਿਹੜਾ ਵੀ ਪਰਿਵਾਰ ਆਵੇ ਉਹ ਇੱਥੋਂ ਖੁਸ਼ ਹੋ ਕੇ ਜਾਵੇ, ਗੁਰੂ ਰਾਮਦਾਸ ਦੀਆਂ ਖੁਸ਼ੀਆਂ ਪ੍ਰਾਪਤ ਕਰੇ।